ਸ੍ਰੀ ਅਕਾਲ ਤਖਤ ਸਾਹਿਬ। ਬਾਦਲ ਖਿਲਾਫ਼ ਆਏ ਦਿਨ ਤਕਰੀਰਾਂ ਹੋ ਰਹੀਆਂ ਨੇ, ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਆਏ ਦਿਨ ਜਥੇਬੰਧਕ ਆਗੂ ਜਾਂ ਢਾਂਚੇ ਪਹੁੰਚਦੇ ਨੇ ਔਰ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਆਪਣੇ ਤੱਥ ਪੇਸ਼ ਕਰਦੇ ਨੇ ਔਰ ਦੁਬਾਰਾ ਇੱਕ ਹੋਰ ਜਥੇਬੰਦੀ ਪਹੁੰਚੀ ਹੈ। ਦਰਅਸਲ ਹੁਣ ਪਟਵਾਰੀ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਔਰ ਉੱਥੇ ਜਾ ਕੇ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਖਿਲਾਫ਼ ਕੁਝ ਗੱਲਾਂ ਖਾਸ ਦੱਸੀਆਂ ਨੇ, ਕੁਝ ਵੱਡੇ ਖੁਲਾਸੇ ਕੀਤੇ ਨੇ। ਮੋਹਨ ਸਿੰਘ ਪਟਵਾਰੀ ਜਿਹੜੇ ਮੋਗੇ ਨਾਲ ਤਾਲੁਕ ਰੱਖਦੇ ਨੇ, ਉਹਨਾਂ ਨੇ ਕੁਝ SSPs ਅਤੇ ਉਹਨਾਂ ਦੇ ਬਾਦਲ ਪਰਿਵਾਰ ਦੇ ਨਾਲ ਰਿਸ਼ਤਿਆਂ ਦਾ ਜ਼ਿਕਰ ਕੀਤਾ ਹੈ। ਦਰਅਸਲ ਸੁਰਜੀਤ ਸਿੰਘ ਗਰੇਵਾਲ ਅਤੇ ਸ਼ਿਵ ਕੁਮਾਰ ਇਹ ਦੋ SSPs ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ, ਖਾਸ ਕਰਕੇ ਮੋਹਨ ਸਿੰਘ ਪਟਵਾਰੀ ਦੇ ਵੱਲੋਂ। ਔਰ ਕਿਹਾ ਗਿਆ ਕਿ ਇਹ ਦੋਨਾਂ SSPs ਨੇ ਆਪਣੀ ਟੀਮ ਦੇ ਨਾਲ, ਆਪਣੇ ਸਾਥੀਆਂ ਦੇ ਨਾਲ ਰਲ ਕੇ ਉਹਨਾਂ ਦੇ ਉੱਤੇ, ਯਾਨੀ ਕਿ ਮੋਹਨ ਸਿੰਘ ਪਟਵਾਰੀ ਦੇ ਉੱਤੇ ਅਣਮਨੁੱਖੀ ਤਸ਼ੱਦਦ ਕੀਤਾ ਸੀ। ਇਹਦੀ ਕਹਾਣੀ ਸਾਰੀ ਦੱਸੀ ਹੈ, ਕਿਸ ਤਰ੍ਹਾਂ ਬਾਦਲ ਪਰਿਵਾਰ ਜਾਂ ਕਿਸ ਤਰ੍ਹਾਂ ਉਸ ਸਮੇਂ ਦੀ ਬਾਦਲ ਸਰਕਾਰ ਜਿਹੜੀ ਹੈ ਇਸ ਦੇ ਵਿੱਚ ਇਨਵੋਲਵ ਸੀ ਜਾਂ ਨਹੀਂ ਸੀ, ਉਹ ਸਾਰਾ ਕੁਝ ਦੱਸਦੇ ਇੱਕ ਨਿੱਜੀ ਚੈਨਲ ਨੂੰ ਨਜ਼ਰ ਆਏ ਨੇ, ਉਹਨਾਂ ਦੇ ਕੁਝ ਤੱਥ ਸਾਂਝੇ ਕੀਤੇ ਨੇ, ਤੁਹਾਨੂੰ ਉਹ ਦੱਸਦੇ ਹਾਂ। ਸੁਰਜੀਤ ਸਿੰਘ ਗਰੇਵਾਲ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੂੰ ਮੋਗੇ ਦਾ SSP ਲਗਾਇਆ ਗਿਆ ਸੀ, ਔਰ ਉਸਦਾ ਜ਼ਿਕਰ ਕਰਦਿਆਂ ਹੋਇਆ ਮੋਹਨ ਸਿੰਘ ਪਟਵਾਰੀ ਨੇ ਕੁਝ ਤੱਥ ਸਾਂਝੇ ਕੀਤੇ ਨੇ। ਕਹਿੰਦੇ ਕਿ 2011 ਤੱਕ SSP ਸੁਰਜੀਤ ਸਿੰਘ ਗਰੇਵਾਲ, ਜਿਹਦੇ ਬਾਰੇ ਸ਼ਿਕਾਇਤ ਕੀਤੀ ਜਾਂਦੀ ਹੈ 2012 ਦੇ ਵਿੱਚ, ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸ਼ਿਕਾਇਤ ਹੁੰਦੀ ਹੈ, ਜਿਸ ਦੇ ਵਿੱਚ ਭਰੋਸਾ ਦਵਾਇਆ ਜਾਂਦਾ ਹੈ ਕਿ ਇਸ ਉੱਤੇ ਕਾਰਵਾਈ ਹੋਵੇਗੀ। ਹਾਲਾਂਕਿ ਇਸ ਮਾਮਲੇ ਸੰਬੰਧੀ ਕਾਰਵਾਈ ਤਾਂ ਕਹਿੰਦੇ ਕੀ ਹੋਣੀ ਸੀ, ਸਗੋਂ 1 ਸਾਲ ਹੋਰ ਐਕਸਟੈਂਸ਼ਨ ਜਿਹੜੀ ਆ ਉਸ SSP ਨੂੰ ਦੇ ਦਿੱਤੀ ਗਈ। ਕਿਹਾ ਕਿ ਸ਼ਿਵ ਕੁਮਾਰ SSP ਬਾਰੇ ਵੀ ਸ਼ਿਕਾਇਤ ਲਗਾਈ ਗਈ ਸੀ, ਪਰ ਹੋਇਆ ਕੁਝ ਨਹੀਂ। ਦਰਅਸਲ ਇਹ ਸਾਰਾ ਮਾਮਲਾ ਜਦੋਂ ਸ਼ਿਕਾਇਤਾਂ ਦੇ ਵਿੱਚ ਚੱਲਦਾ ਪਿਆ ਸੀ, ਤਾਂ ਉਸ ਵੇਲੇ ਮੋਹਨ ਸਿੰਘ ਪਟਵਾਰੀ ਦਾ ਦਾਅਵਾ ਹੈ ਕਿ ਉਹਨਾਂ ਨੂੰ ਘਰੋਂ ਚੁਕਾ ਲਿਆ ਗਿਆ ਔਰ ਉਹਨਾਂ ਨੂੰ ਨਿਰਵਸਤਰ ਕਰਕੇ ਅਤੇ ਉਹਨਾਂ ਦੀ ਵੀਡੀਓ ਬਣਾਈ ਗਈ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਚੁੱਕਿਆ ਗਿਆ। ਉਹਨਾਂ ਨੂੰ ਪਹਿਲਾਂ ਸਰਕਾਰ ਤੋਂ ਉਮੀਦ ਸੀ, ਪਰ ਉਸ ਤੋਂ ਬਾਅਦ ਸ਼ਾਇਦ ਉਹ ਵੀ ਖਤਮ ਹੋ ਗਈ, ਅਤੇ ਉਸ ਤੋਂ ਬਾਅਦ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋ ਕੇ ਅਤੇ ਇਹ ਸ਼ਿਕਾਇਤ ਜਿਹੜੀ ਆ ਉਹ ਪੇਸ਼ ਕੀਤੀ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਡਿਊਟੀ ਲਗਾਈ ਸੀ ਉਸ ਵੇਲੇ ਦੇ ਹੈੱਡ ਗ੍ਰੰਥੀ ਦੀ, ਹਰਪਾਲ ਸਿੰਘ ਦੀ, ਔਰ ਹੈੱਡ ਗ੍ਰੰਥੀ ਹਰਪਾਲ ਸਿੰਘ ਦੇ ਵੱਲੋਂ ਕੁਝ ਤਫਤੀਸ਼ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਦਰਅਸਲ ਮੋਹਨ ਸਿੰਘ ਪਟਵਾਰੀ ਦੇ ਨਾਲ ਗਲਤ ਹੋਇਆ ਔਰ ਇਹਨਾਂ ਪੁਲਿਸ ਕਰਮੀਆਂ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਗਲਤ ਕੀਤਾ ਗਿਆ। ਅਤੇ ਉਸ ਵੇਲੇ ਤੋਂ ਬਾਅਦ ਹੁਕਮ ਜਾਰੀ ਹੋਇਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ। ਇੱਥੋਂ ਤੱਕ ਕਿ SGPC ਨੂੰ ਵੀ ਅਪੀਲ ਕੀਤੀ ਗਈ ਸੀ, ਹੁਕਮ ਜਾਰੀ ਕੀਤਾ ਗਿਆ ਸੀਗਾ ਕਿ ਇਸ ਮਾਮਲੇ ਦੇ ਉੱਤੇ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇ, ਪਰ ਮੋਹਨ ਸਿੰਘ ਪਟਵਾਰੀ ਦਾ ਦਾਅਵਾ ਹੈ ਕਿ ਇਸ ਮਾਮਲੇ ਸੰਬੰਧੀ ਕੋਈ ਵੀ ਐਕਸ਼ਨ ਉੱਥੇ ਨਹੀਂ ਲਿਆ ਜਾਂਦਾ। ਹਾਲਾਂਕਿ SSPs ਨੂੰ 1 ਸਾਲ ਦੀ ਐਕਸਟੈਂਸ਼ਨ ਜਿਹੜੀ ਹੈ ਉਹ ਦੇ ਦਿੱਤੀ ਜਾਂਦੀ ਹੈ, ਅਤੇ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਅਮਲ ਦੇ ਵਿੱਚ ਆਇਆ। ਦਰਅਸਲ 2011 ਦੇ ਵਿੱਚ ਫਿਰ ਮੋਗੇ ਦਾ SSP ਜਿਹੜਾ ਉਹ ਲਗਾ ਦਿੱਤਾ ਜਾਂਦਾ ਹੈ ਸੁਰਜੀਤ ਸਿੰਘ ਗਰੇਵਾਲ, ਔਰ ਇਸ ਮਾਮਲੇ ਨੂੰ ਲੈ ਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ, ਜਦੋਂ ਬਾਦਲ ਸਰਕਾਰ ਸੀ ਉਸ ਵੇਲੇ ਇਹ ਸਾਰਾ ਕਾਂਡ ਵਾਪਰਿਆ, ਇੱਥੋਂ ਤੱਕ ਕਿ ਗਲਤ ਤਰੀਕੇ ਦੇ ਨਾਲ ਤਸ਼ੱਦਦ ਵੀ ਜਿਹੜਾ ਉਹ ਮੋਹਨ ਸਿੰਘ ਪਟਵਾਰੀ ਦੇ ਉੱਤੇ ਉਹਨਾਂ ਦੇ ਕਹਿਣ ਮੁਤਾਬਕ ਕੀਤਾ ਗਿਆ, ਪਰ ਇਸ ਦੇ ਬਾਵਜੂਦ ਸਰਕਾਰ ਨੇ ਕੋਈ ਹਾਮੀ ਨਹੀਂ ਭਰੀ, ਔਰ ਇੱਥੋਂ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਔਰ ਮੋਗੇ ਦਾ SSP ਜਿਹੜਾ ਉਹ ਲਗਾ ਦਿੱਤਾ ਗਿਆ। ਖੈਰ, ਇਸ ਮਾਮਲੇ ਨੂੰ ਲੈ ਕੇ ਹੁਣ ਜਦੋਂ ਮਾਹੌਲ ਉੱਦਾਂ ਹੀ ਭਖਿਆ ਪਿਆ ਹੈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ, ਉਦੋਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਮੋਹਨ ਸਿੰਘ ਪਟਵਾਰੀ ਔਰ ਉੱਥੇ ਜਾ ਕੇ ਉਹਨਾਂ ਨੇ ਆਪਣੀ ਗੱਲ ਰੱਖੀ ਹੈ, ਇਲਜ਼ਾਮ ਲਾਏ ਨੇ। ਇਹਨਾਂ ਇਲਜ਼ਾਮਾਂ ਦੇ ਬਕੌਲ ਕੀ ਕੁਝ ਹੋਵੇਗਾ ਉਹ ਵੇਖਣ ਦੀ ਗੱਲ ਹੈ ਕਿ ਇਸ ਮਾਮਲੇ ਦੇ ਵਿੱਚ ਇਹ ਇਲਜ਼ਾਮ ਵੀ ਸਾਹਮਣੇ ਲਿਆਉਂਦੇ ਜਾਣਗੇ, ਜਿੱਥੇ ਵੱਖ ਵੱਖ ਇਲਜ਼ਾਮਾਂ ਦੇ ਚੱਲਦੇ, ਜਿੱਥੇ ਸੌਦਾ ਸਾਹਿਬ ਦੇ ਨਾਲ ਤਲਕਾਂ ਦੇ ਚੱਲਦੇ ਇੱਕ ਮਾਮਲਾ ਆਲਰੇਡੀ ਲੰਬਿਤ ਹੈਗਾ, ਕਿ ਇਸ ਦੇ ਨਾਲ ਨਾਲ ਕੀ ਹੁਣ ਇਸ ਮਾਮਲੇ ਸੰਬੰਧੀ ਵੀ ਕੋਈ ਨਾ ਕੋਈ ਐਕਸ਼ਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੀਤਾ ਜਾਵੇਗਾ, ਜਾਂ ਇਹ ਗੱਲ ਹੁਣ ਵੀ ਹਵਾ ਦੇ ਵਿੱਚ ਹੀ ਰਹਿ ਜਾਵੇਗੀ। ਵੇਖਣ ਵਾਲੀ ਗੱਲ ਹੈ, ਜੋ ਵੀ ਹੋਏਗਾ ਦੱਸਦੇ ਰਹਾਂਗੇ। ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ।